ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਜੋ ਆਪ ਸਭ ਨੂੰ ਪਤਾ ਹੀ ਹੈ ਕਿ ਪਿੰਡ ਨੈਤਪੁਰਾ ਜੋ ਗੁਜਰਾਂ ਵਾਲੀ ਜੋ ਘਟਨਾ ਵਾਪਰੀ ਆ, ਉਸ ਸੰਬੰਧੀ ਅੱਜ ਪਿੰਡ ਨੈਤਪੁਰਾ ਅਤੇ ਪਹਿਲੇ ਦਿਨ ਤੋਂ ਹੀ ਖੜ੍ਹੇ ਹਾਂ ਜੀ ਉਹਨਾਂ ਭਰਾਵਾਂ ਨਾਲ। ਇਹੋ ਮੰਗ ਕੀਤੀ ਆ ਵੀ ਦੁੱਧ ਦਾ ਦੁੱਧ ਦੇ ਪਾਣੀ ਦਾ ਪਾਣੀ ਹੋਵੇ ਦੇ ਸੱਚ। ਅਤੇ ਆ ਉਹ ਘਰ ਆ ਜੀ ਜਿਨ੍ਹਾਂ 'ਤੇ ਪਰਚਾ ਦਰਜ ਹੋਇਆ ਗੁਜਰਾਂ ਵੱਲੋਂ, ਜੋ ਪਸ਼ੂਆਂ ਦਾ ਪਤਾ ਲੱਗਾ ਸੀ। ਅਤੇ ਸੋ ਕਿਸਾਨ ਜਥੇਬੰਦੀਆਂ, ਸਿੱਖ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਜੋ ਪਹੁੰਚੀਆਂ ਨੇ, ਬਿਲਕੁਲ ਖਾਲੀ ਆ, ਕੋਈ ਪੱਠਾ ਗੁਜ਼ਰ ਕੇ ਨਹੀਂ ਪਾਇਆ, ਆਹ ਧੂੜੇ ਫੁੱਲੀ ਮਾਰੇ ਡੰਗਰ ਤੂੜੀ ਨਾਲ ਗੁਜ਼ਾਰਾ ਕਰਨ ਡੇ ਆ ਜੀ। ਮੱਝਾਂ ਵੀ ਨਹੀਂ ਚੋਈਆਂ ਜੀ। ਤਾਂ ਸਭ ਨੂੰ ਪਤਾ ਹੈ ਜ਼ਿਮੀਂਦਾਰ ਨੂੰ ਕਿ ਜੇ ਆਪਾਂ ਚਾਰਾ ਚਿਰ ਮੱਝ ਨਹੀਂ ਚੋਂਦੇ ਤਾਂ ਬੜਾ ਨੁਕਸਾਨ ਹੋ ਜਾਂਦਾ ਜੀ। ਦੋ ਇੱਕ ਦੋ ਤਿੰਨ ਦਿਨ ਹੀ ਨਾ ਚੋਈਏ ਅਤੇ ਲੋੜ ਆ। ਚਲੋ ਹੁਣ ਪਹੁੰਚ ਗਏ ਨੇ, ਮਗਰ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਵਾ ਚੜ੍ਹਦੀ ਕਲਾਈ ਹਾਂਜੀ। ਇਹ ਘਰ ਜੀ ਉਹ ਸੁਣਨਾ ਪਿਆ ਇਸ ਵੇਲੇ ਘਰ ਜੀ ਉਹ ਜਿੰਨਾ ਸਾਰਾ ਪਰਿਵਾਰ ਜਿਹੜਾ ਬੇਘਰ ਆ ਜੀ। ਸੋ ਹਾਂਜੀ ਜੀ, ਪਹਿਲੇ ਦਿਨ ਤੋਂ ਹੀ ਖੜ੍ਹੇ ਹਾਂ ਜੀ ਇਹਨਾਂ ਭਰਾਵਾਂ ਨਾਲ। ਅਤੇ ਹੁਣ ਵੀ ਜੋ ਵੀ ਜ਼ਿੰਮੇਵਾਰੀ ਬਣੀ ਹਾਂਜੀ 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਜੋ ਫਰਜ਼ ਸਾਡਾ ਬਣਦਾ ਜੀ, ਉਸਦੀ ਆਪਾਂ ਪਾਲਣਾ ਕਰ ਰਹੇ ਹਾਂ ਜੀ। ਅਤੇ ਸਾਰੇ ਅਰਦਾਸ ਕਰਿਓ ਪਾਤਸ਼ਾਹ ਅੱਗੇ, ਪਾਤਸ਼ਾਹ ਮਿਹਰ ਰੱਖੇ ਪੰਜਾਬ ਦੇ ਉੱਤੇ ਜੀ। ਅਤੇ ਮਾੜੀ ਘਟਨਾ ਆ, ਅਤੇ ਬਾਕੀ ਨਿਆਂ ਹੋਣਾ ਚਾਹੀਦਾ ਜੀ। ਜਿਸ ਜਿਸ ਦੀ ਗਲਤੀ ਆ, ਪ੍ਰਸ਼ਾਸਨ ਨੂੰ ਚਾਹੀਦਾ ਕਿ ਉਸ ਉਸੇ ਧਿਰ 'ਤੇ ਉਹੋ ਜਿਹੀ ਕਾਰਵਾਈ ਜਿਹੜੀ ਕਰਨੀ ਚਾਹੀਦੀ ਆ। ਸੋ ਇੱਕ ਤਰਫਾ ਕਾਰਵਾਈ ਦੀ ਸਭ ਨੇ ਨਿਖੇਧੀ ਕੀਤੀ ਹੈ। ਇਹ ਉਹ ਘਰ ਆ ਜੀ ਜਿਨ੍ਹਾਂ 'ਤੇ ਪਰਚਾ ਦਰਜ ਹੋਇਆ, ਜਿਹੜਾ ਤੁਸੀਂ ਵੇਖਿਆ ਨਾ ਗੇਟ ਦੇ ਉੱਤੇ ਜਿਹੜੀਆਂ ਕਾਫੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜਿੰਨੀਆਂ ਰੂਹਾਂ ਜੁੜੀਆਂ। ਇਹ ਸ਼ੇਅਰ ਕਰ ਦਿਓ ਜੀ ਸਾਰੇ, ਤਾਂ ਜੋ ਕਿਉਂਕਿ ਇਹ ਮਸਲਾ ਬੜਾ ਪੰਜਾਬ ਲੈਵਲ 'ਤੇ ਬਣਿਆ। ਪੰਜਾਬ ਨੇ ਅੰਤਰਰਾਸ਼ਟਰੀ ਪੱਧਰ 'ਤੇ ਜੀ ਵਿਦੇਸ਼ਾਂ ਤੋਂ ਬਹੁਤ ਭਰਾਵਾਂ ਦੇ ਫੋਨ ਆਏ ਕਿ ਅਸਲੀਅਤ ਕੀ ਹੈ ਅਤੇ ਹੁਣ ਕੀ ਸਥਿਤੀ ਆ ਜੀ। ਅਤੇ ਇੱਧਰ ਹੀ ਵੱਜੇ ਆ ਡੰਗਰ। ਸੋ ਦੱਸਦੇ ਨੇ ਜਿੰਨੀਆਂ ਸੰਗਤਾਂ ਜੁੜੀਆਂ ਵੀ ਆਪਾਂ ਜੀ ਪਹਿਲੇ ਦਿਨ ਤੋਂ ਹੀ ਇਹਨਾਂ ਭਰਾਵਾਂ ਨਾਲ ਖੜੇ ਆ। ਅੱਜ ਦਰਦੀ ਭਰਾ ਆਏ ਨੇ, ਬੇਜ਼ਬਾਨੇ ਵੀ ਸਜ਼ਾ ਭੋਗ ਰਹੇ ਆ ਜੀ ਨਜਾਇਜ਼ ਜੀ। ਆਹ ਵੇਖੋ ਬਸ ਤੂੜੀ ਜਿਹੜੀ ਉਹ ਪਾਈ ਆ, ਅਤੇ ਪਸ਼ੂ ਕਿੱਡੇ ਕਿੱਡੇ ਕੀਮਤੀ ਪਸ਼ੂ ਆ ਜੀ। ਅਤੇ ਬਾਕੀ ਹੁਣ ਕੋਈ ਗੱਲ ਨਹੀਂ ਫਿਕਰ ਵਾਲੀ, ਹੁਣ ਆ ਗਏ ਨੇ ਭਰਾ, ਇਹਨਾਂ ਨੂੰ ਪੱਠੇ ਵੀ ਪੈਣਗੇ, ਸਭ ਕੁਝ ਹੋਊਗਾ ਜੀ। ਅਤੇ ਜਿੰਨੀਆਂ ਵੀ ਰੂਹਾਂ ਜੁੜੀਆਂ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਹੁਣ ਹੱਲ ਕਰਾਂਗੇ, ਕਿਉਂਕਿ ਪਹਿਲਾਂ 44 ਲੱਗੀ ਸੀ ਅਤੇ ਅਸੀਂ ਵੀ ਨਹੀਂ ਚਾਹੁੰਦੇ ਵੀ ਐਵੇਂ ਕੋਈ ਕਹਿ ਦੇ ਵੀ ਕੋਈ ਆਣ ਕੇ ਇੱਥੇ ਖਲਰ ਪਾਉਂਦਾ ਜਾਂ ਕੋਈ ਕਹਿ ਦੇ ਵੀ ਲੜਾਈ ਨੂੰ ਭੜਕਾਇਆ ਜਾ ਰਿਹਾ। ਸੋ ਉਹਨਾਂ ਨਿਯਮਾਂ ਨੂੰ ਉਦੋਂ ਪਾਲਣਾ ਕੀਤੀ ਗਈ, ਪ੍ਰਸ਼ਾਸਨ ਨਾਲ ਉੱਦਾਂ ਮੀਟਿੰਗਾਂ ਹੋਈਆਂ ਜੀ। ਅਤੇ ਪ੍ਰਸ਼ਾਸਨ ਵੀ ਇਹੋ ਹੋਈ ਸੀ ਕਿ
ਜਿਹੜੇ ਬੇਜ਼ਬਾਨੇ ਡੰਗਰ ਨੇ ਤੇ ਇਹਨਾਂ ਨੂੰ। ਹਾਂਜੀ ਹਾਂਜੀ ਸਰਪੰਚ ਜੀ ਆ ਇੱਧਰ ਆ ਸ਼ੇਅਰ ਕਰਦੇ ਹੋਏ ਜਿੰਨੀਆਂ ਸੰਗਤਾਂ ਜੁੜੀਆਂ ਜੀ, ਕਿਸੇ ਵੇਲੇ ਸ਼ੇਅਰ ਵਾਲਾ ਕਹੀਦਾ ਜੀ, ਕਿਉਂਕਿ ਇਹ ਖਬਰ ਇੱਦਾਂ ਦੀ ਹੈ ਕਿ ਜਿਹੜੀ ਪਹੁੰਚਣੀ ਚਾਹੀਦੀ ਆ ਦੂਰ ਤੱਕ, ਤੇ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਵੀ ਅਸਲੀਅਤ ਜਿਹੜੀ ਆ ਉਹ ਕੀ ਆ ਜੀ। ਉਹ ਇਹ ਸਭ ਪਰਿਵਾਰ ਫਿਰ ਆਸੇ ਪਾਸੇ ਜੀ, ਕੋਈ ਨਾ ਬੀਬੀ ਨਾ ਕੋਈ ਬਾਲ ਨਾ ਬੱਚਾ ਜੀ, ਤੇ ਸਾਰੇ ਪਾਸੇ ਬਸ ਉਦਾਂ ਹੀ ਜੀ ਝਾਂਦਰੇ ਲੱਗੇ ਨੇ ਘਰਾਂ ਨੂੰ। ਫਿਰ ਜਦੋਂ ਪਰਿਵਾਰਾਂ ਦੇ ਮੈਂਬਰ ਘਰ ਨਹੀਂ, ਫਿਰ ਪਸ਼ੂਆਂ ਨੂੰ ਕਿੰਨੇ ਪਾਣੀ ਢਾਉਣਾ ਸੀ ਜਾਂ ਕੋਈ ਕੰਮ ਕਾਜ ਕਰਨਾ ਸੀ ਜੀ। ਨਹੀਂ ਉੱਥੇ ਹਾਂਜੀ ਹਾਂਜੀ ਚੱਲੀਏ ਸਰਪੰਚ ਜੀ। ਵੇਖੋ ਜੀ ਕੌਣ ਚਾਹੁੰਦਾ ਝਗੜਾ, ਜਿਹੜੇ ਕਾਰੋਬਾਰ ਬਣਾਏ ਹੋਣਾ ਹਰ ਤਰ੍ਹਾਂ ਦੀ, ਕੋਈ ਚਾਹੁੰਦਾ ਵੀ ਇੰਨਾ ਕੁਝ ਬਣਾ ਕੇ ਤੇ ਉਹ ਕਿਸੇ ਨੂੰ ਮਾਰ ਦੇਵੇ ਤੇ ਆਪਣਾ ਆਹ ਹਾਲਤ ਹੋ ਜਾਣ ਘਰ ਦੀ। ਉਦੋਂ ਫਿਰ ਗੱਲਾਂ ਹੁੰਦੀਆਂ ਜਦੋਂ ਪਾਣੀ ਕੋਈ ਬਹੁਤੇ ਸਿਰਾਂ ਤੋਂ ਟੱਪ ਜਾਂਦੇ ਨੇ ਜੀ। ਕਦੇ ਵੀ ਕੋਈ ਚਾਹੁੰਦਾ ਨਹੀਂ ਹੈ ਕਿ ਉਹਦੇ ਬੱਚੇ ਜਵਾਨ, ਬਾਪ ਕੋਈ ਚਾਹੁੰਦਾ ਵੀ ਉਹਦੇ ਪੁੱਤ ਕਤਲਾਂ 'ਚ ਫਸ ਜਾਣ ਕਦੇ, ਤੇ ਮੁੜ ਕੇ ਆਹ ਹਾਲਤ ਹੋ ਜੇ ਘਰਾਂ ਦੀ, ਜਿਹੜੇ ਕੀਮਤੀ ਸੰਦ ਜਿਹੜੇ ਉੱਦਾਂ ਹੀ ਪਏ ਰਹਿ ਜਾਣ। ਕੋਈ ਨਹੀਂ ਚਾਹੁੰਦਾ ਜੀ, ਇਹ ਜਦੋਂ ਸਮਾਂ ਕੋਈ ਸਿਰ ਤੋਂ ਟੱਪ ਜਾਂਦਾ ਫਿਰ ਕੋਈ ਉਦੋਂ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ, ਨਹੀਂ ਤੇ ਇੰਨਾ ਮਿਹਨਤਾਂ ਕਰਕੇ ਘਰ ਬਣਾ ਕੇ ਇਹਦਾ ਦਿਲ ਕਰਦਾ ਵੀ ਉਜੜ ਜਾਵੇ ਸਭ ਕੁਝ। ਇਹ ਵੇਖੋ ਜੀ ਇਹ ਚੱਲੀਏ ਆਖੋ ਕਿੱਡੇ ਕਿੱਡੇ ਵਧੀਆ ਚਾਵਾਂ ਨਾਲ ਹੌਡੀਆਂ ਪਾਣੀ ਵਾਲੀਆਂ ਟਰਾਲੇ ਵੱਡੀਆਂ ਬਣੀਆਂ ਜੀ। ਪਸ਼ੂ ਵੀ ਕਿੱਡੇ ਕਿੱਡੇ ਵਧੀਆ ਪਸ਼ੂ ਆ ਜੀ। ਵਧੀਆ ਜੀ ਵਧੀਆ। ਬਿਲਕੁਲ ਜੀ, ਜੇ ਲਾਗੇ ਪਿੰਡਾਂ ਵਾਲੇ ਆ, ਚਲੋ ਅਸੀਂ ਕੋਸ਼ਿਸ਼ ਕਰਦੇ ਹਾਂ ਪੱਠੇ ਜ਼ਰੂਰ ਕੋਈ ਟਰਾਲੀ ਦੇ ਵੱਢ ਕੇ ਪਹੁੰਚਾ ਦੇ ਜੀ ਕੋਈ। ਬਿਲਕੁਲ ਜੀ, ਇਹ ਸੁਨੇਹਾ ਇੱਕ ਵੀ ਲਾਗੇ ਪਿੰਡਾਂ ਵਾਲੇ, ਕੋਈ ਗੱਲ ਨਹੀਂ, ਇੱਥੇ ਕਿਸੇ ਕਿਸਮ ਦੀ ਹੋਣਾ ਅਤੇ ਰੋਕ ਟੋਕ ਨਹੀਂ ਆ, ਅਤੇ ਇੱਕ ਦੋ ਦਿਨਾਂ ਤੱਕ ਪਾਤਸ਼ਾਹ ਕਿਰਪਾ ਕਰੇ ਉਹ ਕਿਹੜੇ ਕਿਹੜੇ ਵਧੀਆ ਜਿਹੜੇ ਸਾਧਨ ਸੰਦ ਬਣਾਏ ਆ ਜੀ ਇਹਨਾਂ, ਅਤੇ ਉੱਤੋਂ ਸੀਜ਼ਨ ਵੀ ਆ ਰਿਹਾ ਕਣਕਾਂ ਵੱਢਣ ਵਾਲੀਆਂ, ਅਤੇ ਕਿਹਦਾ ਦਿਲ ਕਰਦਾ ਵੀ ਇੱਦਾਂ ਦੀ ਘਟਨਾ ਵਾਪਰ ਜੇ, ਉਹ ਕਤਲ ਹੋ ਜਾਣ ਅਤੇ ਉਹ ਜੇਲ੍ਹਾਂ 'ਚ ਚਲਿਆ ਜਾਵੇ ਜਾਂ ਕੋਈ ਮੁਸੀਬਤ ਪੈ ਜੇ ਜੀ। ਸੋ ਇਹ ਸਿਰ ਪਈ ਨੂੰ ਇਹ ਸਾਰਾ ਕੀਤਾ ਗਿਆ ਜੀ। ਹਾਂਜੀ ਸਰ, ਉਹ ਵੀਰ ਜੀ ਉਹ ਜਿੱਦਾਂ ਲੱਤਾਂ ਮਾਰਦੇ ਉਹ ਘਰ ਆਪਾਂ ਵੇਖਣਾ, ਪਰ ਡੰਗਰ ਹੈਗੇ ਕਿ ਨਹੀਂ, ਕਿੱਥੇ ਗੁਜਰ ਮਾਰਦੇ? ਚਲੋ ਆਜੋ ਆਜੋ, ਆਓ ਜੀ ਆਓ, ਇੱਧਰ ਵੀ ਗਏ ਪਿੰਡਾਂ ਜਾਂਦੇ ਆਓ ਪਿੰਡ 'ਚ ਆਓ ਸਾਰੇ। ਬਾਕੀ ਚੈਨਲ ਵਾਲੇ ਵੀ ਪਹੁੰਚੇ ਜੀ, ਅਕਾਲ ਚੈਨਲ ਵਾਲੇ ਵੀ, ਇਹਨਾਂ ਪਹਿਲੋਂ ਵੀ ਇਹ ਛੋਟਾ ਪਿੰਡ ਹੈ ਜੀ ਇੱਕ, ਤੇ ਬਿਲਕੁਲ ਨਹਿਰ ਦੇ ਕੰਢੇ ਵਸਿਆ ਪਿੰਡ ਹੈ ਜੀ, ਨਹਿਰ ਹੈ ਇਸ ਪਾਸੇ ਜਿਹੜੀ ਪਰਾਲੀ ਨੂੰ ਅੱਗ ਲਾਈ ਸੀ ਉਹ ਇੱਥੇ ਹੀ ਹੋ।
ਉਹ ਕਿੱਥੇ ਆ? ਆ ਸਾਹਮਣੇ ਦੇ ਇੱਧਰ ਆ ਬਾਹਰ ਜਿਹੜੀ ਆਪੇ ਲਾ ਲਈ ਇਹਨਾਂ ਨੇ ਇਧਰ ਵੀ ਬੰਦ ਹੈ ਘਰ ਉਥੇ ਹੀ ਹਾਂਜੀ ਲਗਭਗ ਵੇਖੋ ਜੀ ਕਿਸੇ ਘਰ ਚ ਵੀ ਅਜੇ ਕੋਈ ਜੀ ਨਹੀਂ ਮਿਲਿਆ ਤੇ ਆ ਵੀ ਘਰ ਹਵੇਲੀ ਹੈ ਜੀ ਅੱਛਾ ਅੱਛਾ ਜੀ ਇਹ ਹਵੇਲੀ ਇਹਨਾਂ ਦੀ ਜੀ ਆ ਜਾਓ ਫਿਰ ਚੜ੍ਹਦੀ ਕਲਾ ਭਰਾ ਜੀ ਖਾਲਸਾ ਫਤਿਹ ਸੋਨਾ ਜੀ ਸਵੇਰੇ ਤਾਂ ਹੈ ਹੀ ਕੋਈ ਨਹੀਂ ਸਾਰੇ ਪਿੰਡ ਇੱਧਰ ਵੀ ਜਾ ਸਾਰੇ ਨਹੀਂ ਕੋਈ ਨਹੀਂ ਜੀ ਸਾਰੇ ਦਹਿਸ਼ਤੀ ਇੱਦਾਂ ਹੀ ਇਹਦੀ ਵੀ ਪਰਿਵਾਰ ਜਿਹੜੇ ਉਹ ਕੋਈ ਵੀ ਜੀ ਨਹੀਂ ਕਿਸੇ ਘਰ 'ਚ ਵੀ ਜਾ ਵੇਖ ਲਓ ਜੀ ਇੱਕ ਭੈਣ ਆ ਘਰ ਜਾ ਦੀ ਸਤਿ ਸ਼੍ਰੀ ਅਕਾਲ ਗਏ ਸਾਰੇ ਅੱਛਾ ਜੀ ਹਾਂਜੀ